ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਦੇ ਰਾਮਾ ਮੰਡੀ ਦੇ ਦਸ਼ਮੇਸ਼ ਨਗਰ 'ਚ ਪੰਜਾਬ ਪੁਲਿਸ ਦੇ ਇੱਕ ASI ਨੇ ਸਵੇਰੇ ਆਪਣੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ASI ਗੁਰਬਖਸ਼ ਸਿੰਘ ਅਤੇ ਉਸਦੀ ਪਤਨੀ ਵੰਦਨਾ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਦੋ ਬੱਚੇ ਹਨ, ਜਿਸ 'ਚ ਇੱਕ 19 ਸਾਲ ਦੀ ਲੜਕੀ ਅਤੇ 17 ਸਾਲ ਦਾ ਲੜਕਾ ਹੈ। ਫਿਲਹਾਲ ਘਟਨਾ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਚੱਲ ਸਕਿਆ। ਹਾਲਾਂਕਿ ਮੁਹੱਲੇ ਵਾਲਿਆਂ ਅਨੁਸਾਰ ਪਤੀ ਪਤਨੀ ਦੇ ਵਿੱਚ ਕੁਝ ਟਕਰਾਓ ਚੱਲ ਰਿਹਾ ਸੀ ਅਤੇ ਅੱਜ ਸਵੇਰੇ 5 ਵਜੇ ਦੇ ਕਰੀਬ ASI ਨੇ ਆਪਣੀ ਸਰਵਿਸ ਰਿਵੋਲਵਰ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸਟੇਸ਼ਨ ਰਾਮਾ ਮੰਡੀ, ਉੱਥੇ ਆਪਣੇ PAP ਦੇ ਮੁਲਾਜ਼ਮ ਸੀਗੇ ASI ਗੁਰਬਖਸ਼ ਸਿੰਘ, ਉਹਨਾਂ ਨੇ ਆਪਣੀ ਵਾਈਫ ਨੂੰ ਅਤੇ ਆਪਣੇ ਆਪ ਨੂੰ ਸ਼ੂਟ ਕਰਕੇ ਜਿਹੜਾ ਹੈਗਾ ਸੁਸਾਈਡ ਕਰ ਲਿਆ ਸੀਗਾ ਜੀ। ਉਹ ਮੌਕੇ 'ਤੇ ਆਏ ਨੇ ਜੀ, ਆਪਾਂ 75 ਬਟਾਲੀਅਨ 'ਚ ਪਤਾ ਲੱਗਿਆ ਜੀ ਪੋਸਟਡ ਸੀਗੇ ਅਤੇ ਇਹਨਾਂ ਨੇ ਆਪ ਸਵੇਰੇ 7:30 ਵਜੇ ਜਿਹੜਾ ਇੱਕ ਇੰਸੀਡੈਂਟ ਹੋਇਆ ਜੀ ਇਹ, ਅਤੇ ਬਾਕੀ ਹੁਣ ਫੈਮਿਲੀ ਨੂੰ ਆਪਾਂ ਗੱਲਬਾਤ ਕਰਕੇ ਜੋ ਕਾਰਵਾਈ ਆਪਾਂ ਅਗਲੀ ਅਮਲ 'ਚ ਲਿਆਵਾਂਗੇ। ਕੀ ਕਾਰਨ ਕੀ ਹੈ ਜੀ, ਐਡੀ ਵੱਡੀ ਗੱਲ ਕਰਨਾ? ਪਤਾ ਨਹੀਂ, ਕੋਈ ਫੈਮਿਲੀ ਡਿਸਟਰਬੈਂਸ ਚੱਲ ਰਹੇ ਨੇ ਜੀ, ਥੋੜ੍ਹੀ ਫੈਮਿਲੀ ਹਾਲੇ ਸ਼ੌਕ 'ਚ ਆ ਜੀ, ਕੁਛ ਹਾਲੇ ਕਲੀਅਰ ਨਹੀਂ ਹੈ ਜੀ ਉਹਨਾਂ ਨਾਲ। ਫਿਰ ਥੋੜ੍ਹਾ ਹੁਣ ਗੱਲਬਾਤ ਕਰਾਂਗੇ, ਰਿਸ਼ਤੇਦਾਰ ਆ ਰਹੇ ਨੇ, ਫਿਰ ਜੋ ਅਸਲ ਰੀਜ਼ਨ ਹੈਗੀ ਸਾਹਮਣੇ ਆਊ। ਇਹਦੇ ਵਿੱਚ ਪਹਿਲਾਂ ਉਹਨਾਂ ਨੇ ਆਪਣੀ ਵਾਈਫ ਨੂੰ ਉਹਨਾਂ ਨੇ ਵਾਈਫ ਨੂੰ ਮਾਰੀ ਸੀ, ਉਹ ਸੁੱਤੇ ਹੋਏ ਸੀਗੇ ਜੀ ਅੱਡ ਰੂਮ 'ਚ, ਉਹ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਕੰਪੱਟੀ 'ਚ ਗੋਲੀ ਮਾਰੀ ਸੀ। ਅਤੇ ਸਰਵਿਸ ਰਿਵੋਲਵਰ ਸੀ? ਸਾਡੇ ਮੁਤਾਬਿਕ ਸਰਵਿਸ ਰਿਵੋਲਵਰ ਹੈ, ਬਾਕੀ ਆਪਾਂ ਵੈਰੀਫਾਈ ਕਰ ਰਹੇ ਹਾਂ ਜੀ। ਕੰਸਰਨ ਬਟਾਲੀਅਨ ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।